ਅਸੀਂ ਜੀ ਸਾਰਾ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤੇ ਅੱਜ ਆਪਾਂ 22 ਲੱਖ ਰੁਪਏ ਪਹੁੰਚ ਚੁੱਕੇ ਜੀ ਆਪਾਂ ਅੱਜ। ਤੇ ਅੱਜ ਜਿਹੜੇ 22 ਕੋਲ ਪਸ਼ੂ ਨੇ ਜੀ ਤੇ ਜਿਹੜੇ ਦੋ ਵਹਿੜਾ ਬਸ ਸਮਝ ਲਓ ਸਾਰੇ ਸੋ ਜਾਣਗੇ ਜਿਵੇਂ ਕੋਲੇ ਸਿਰਾ ਸਿਰਾ ਚੀਜ਼ਾਂ ਲੈ ਗਿਆ ਭਾਈ। ਠੀਕ ਹੈ ਜੀ। ਤੇ ਬਾਕੀ ਬਾਈ ਜਿਹੜੇ ਗੱਲਬਾਤ ਕਰਾਂਗੇ ਬਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। छोटा बच्चा जिथे लत रख दे डर समझ मिलना ही मिलना बड़ी बड़ी चंगी लाई जी गांव बड़ी बड़ी चंगी इस टाइम दुध किन्ना सही है लख जाता फिर माणी खोज करता ज्यादा सिरा करता सिरा आज थान भी मका लगा वेखो लख तुम बाल्टी मंगाओ मेरा धारा मरा ली आप लियाओ आखो मंगाओ बाल्टी जसा जी पीस कद लभदे आ पर लैके भी समझ लो बी होने चंगे पीस लिया करते मैं भर दू फ्रिज भर दू थे इन्ना तू तो कर डी फ्रिज भरे जाने अच अजे की रखा जी चंगी वैर चारू बड़ी हाँ जी चारू चूरू भी वैर बड़ी जरा मर्जी चला ठंडी थान देखो क्या थान बड़ा वजिए थान बने चलो जी किले कटे किले कटे गल सही है दुध पूरा गाढ़ा है ठीक है सिरा रही वीडियो बना बड़ा सवाल आता जी एना जी चैनल के चैनल का नाम ठीक है जी ठंडी पूरी तोर तोर तोर
ਜਸੇ ਤੋਰ ਮਰਾ ਕੇ ਹੋਰ ਕਿ ਥਾਂ ਵਿਖਾਓ ਚੰਗੀ ਤਰ੍ਹਾਂ ਖਾਓ ਮਰਾ ਦੇ फुलकारी पाई उपर नाले भला पिट ती पाई आई जी ये गिली करके पाई हुई आयो फिर लखा जी फिर थोड़ा बहुत मान तो कर देने बाकी मुल बहुत जायज किया बिलकुल जी अजय बोले बहुत गांसी गां ठंडी फिर बड़ी हुई चिट्टा दुध संदीप ठीक है बस कोई नहीं बखारो थोड़े चंगे खानों बखारो चेक कर ये भाई मेरा इतनी मैं की मेरा इस दिन जी 3000 दिया इसलिए कितना मान था ये जो 2000 था 4000 4000 चलो 1000 रुपया और बाकी गांव देखो 1000 रुपया और कर दो टका नहीं टका चलो कोई गल 1000 रुपया और थोड़ा मान लो 47000 बाकी गांव देखो दी बस दो च इको करो ले जे पण इको करो ले जाओ मशहूर हो पे हम ना चलता ना हम खंड खुंड बहारो कर कोई टीका लाने की लोड़ नहीं अगे लवा सकती है अगे एक दिन जिंदा चडा इंदा ही बड़ा कैम आखो कट 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 बिच चडे बचाले कट
ਚਮੜੀ ਦਾ ਕਿਹਦੇ ਪਤਲਾ ਨਹੀਂ ਤੂੰ ਸਿਰ ਪਤਲੀ ਚਮੜੀ ਤੇ ਪੰਜਾਬ ਛਾਵੀਆਂ ਦਾ ਅਰੇ ਆਪਾਂ ਵੀ ਚੋੜੀ ਜੋੜਾ ਹਾਂ ਦੇਵਾ ਮਾਰੇ ਹੋ ਤੋ ਕੱਟ ਦੇ ਕੋ ਕੱਟ ਦੇ ਦੇ ਕੱਟ ਲੈ ਇੱਕ ਥਾਣ ਵੀ ਬੜਾ ਸੋਹਣਾ ਚਲੋ ਚੈੱਕ ਕਰੋ ਬਾਈ ਬੰਦੀ ਕੀ ਮਾਰਾ ਇਹ ਦੇ ਜੀ 50 ਹਜ਼ਾਰ ਦਿੱਤੀ ਇਹਦਾ ਮਾਨ ਦਰ ਕੱਟੀ ਕੁੱਟੀਆਂ ਲਾਉਣ ਵਾਲੀ ਨਹੀਂ ਮੈਂ ਲੈ ਲੂਗਾ ਬੰਦਾ ਬੱਚੇ ਬਜੇ ਸਿਰੇ ਦੇ ਮਾਰੋ ਜੀ ਬੱਚੇ ਸਿਰੇ ਦੇ ਆਉਗੀ ਤੂੰ ਮੈਂ ਬੜੇ ਚੰਗੇ ਕਾਰਡ ਦੀ ਆ ਗੋਲ ਲੈ ਵੀ ਦੀ ਮੈਂ ਗੋਲ ਲੈ ਵਿਚਾਰੇ ਕੱਟ ਹਾਂਜੀ 50 ਹਜ਼ਾਰ ਦੋ ਯਾਰ 48 ਹਜ਼ਾਰ ਦੀ ਦੇਖੀ ਜਾ ਉਹ ਰੱਖ 48 ਹਜ਼ਾਰ ਦੀ ਹੋਰੀ ਗਾਵਾਂ ਵੀ ਬੜੀ ਸਿਰੇ ਦੇ ਆਜ ਬੜੀ ਸਾਲੇ ਦੀ ਜੀ ਬੋਲਾ ਨਾ ਤੁਸੀਂ 7 ਕਿਲੋ ਦੁੱਧ ਦਾ ਦੋਵੇਂ ਟਾਂ ਦੇ ਦੰਦ ਅੱਛਾ 7 ਕਿਲੋ ਦੋਵੇਂ ਦੇਣਾ ਹੀ ਦੋਵੇਂ ਟਾਂ ਕੋਈ ਟੀਕਾ ਨਹੀਂ ਕੋਈ ਟੀਕਾ ਨਹੀਂ ਜੋ ਵੀ ਬੜੀ ਸੋਹਣੀ ਜੈਟ ਹੋਏਗੀ ਜੀ ਜੀ ਬੜਾ ਜੈਟ ਹੈ ਇਹ ਬਾਈ ਫਿਰ ਕਿੱਥੋਂ ਕੱਢ ਕੇ ਲਿਆਂਦੀ ਹਾਂਜੀ ਇਹ ਆਪਣੇ ਹੀ ਗੱਡੀ ਬਥੇਰਾ ਮਾਲ ਹੈ ਸੰਦੀਪ ਵੀ ਹਰਿਆਣਾ ਦਾ ਪੰਜਾਬ ਦੇ ਰੁਕੇ ਆ ਬੜਾ ਮਾਲ ਬਾਈ ਤੁਹਾਡੇ ਦਾ ਮੈਂ ਵੀ ਬੜੀ ਚੰਗੀ ਚੰਗੀ ਆਈ ਆ ਬੜੀ ਬੜੀ ਚੰਗੀ ਆ ਉਹ ਸੰਦੀਪ ਵੀ ਮਈ ਲੈਂਦੀ 15 ਕਿਲੋ ਦੁੱਧ ਕੱਢਦੀ ਆ 10 ਦਿਨ ਕੱਢਦੀ ਆ ਅੱਛਾ ਉਹ ਤੁਹਾਨੂੰ ਆ ਵੇਖੋ ਜੀ ਬੜੀ ਚੰਗੀ ਚੰਗੀ ਮੱਝ ਆਈ ਆ ਇਹ ਇਲਾਕੇ ਵਿੱਚ ਬੜੀ ਟੌਪ ਡੌਪ ਦੀ ਬੜੇ ਚੰਗੇ ਚੰਗੇ ਮਸ਼ਹੂਰ ਪੁਆਰੀ ਆ ਜਿਨ੍ਹਾਂ ਨੇ ਤੇ ਗਾੜੀ ਲਾਦਾ 4-4 ਲੱਖ ਦੀ ਮੱਝ ਇੱਥੇ ਵਿਕੀ ਆ ਸਮਝ ਲਓ ਤੇ ਮੈਂ ਬੜੀ ਚੰਗੀ ਝੋਟੀ ਹੈ ਜੀ ਆ ਦੇਖੋ ਤੇ ਬਾਜੀ ਵਰਿੰਦ ਦੀ ਕੀਮਤ ਆ ਇਹ ਜੀ ਵੀ ਜੀ ਮੈਂ ਦਿਲਾਂਗੇ 50 ਹਜ਼ਾਰ ਦੀ ਉਹਦੇ ਤੇ ਫਿਰ ਮਾਨ ਤਰ ਕਿੰਨਾ ਕਰ ਦੋਗੇ 48 ਹਜ਼ਾਰ ਦੀ ਚਲੋ ਬਾ ਠੀਕ ਹੈ ਇਹ ਜੀ ਹੁਣੇ ਆਈ ਲੱਗਦੀ ਹੈ ਇਹ ਮੈਂ ਅੱਜ ਆਈ ਸੁਈ ਹੈ ਮੈਂ ਤੇ ਅਰੇ ਨਵਾਈ ਹੋਈ ਨਹੀਂ ਆ ਅੱਛਾ ਜੀ ਧੁੱਪ ਜਾਈ ਮੈਂ ਲਈ 11 12 ਕਿਲੋ ਦੁੱਧ ਤਿਆਰ 11 12 ਕਿਲੋ ਤਿਆਰ ਵੇਖੋ ਤੇ ਬੱਚਾ ਮਰ ਜੀ ਦੇ ਬੱਚਾ ਕੱਟਾ ਦੇ ਮਗਰਾ ਉਹ ਤਾਂ ਪਤਾ ਉਹ ਵੀ ਗਿਲੇ ਨਾੜੇ ਹੋਏ ਜਾਂ ਵੇਖੋ ਅਜੇ ਹੁਣੇ ਆਈ ਹੈ ਦਿਸੰਦੇ ਵਾਲੇ ਨਵਾਏ ਨੂੰ ਕੇ ਸ਼ਿੰਗਾਰ ਜ਼ਰੂਰ ਹੀ ਕੀਤਾ ਹੈ ਸ਼ਿੰਗਾਰ ਨਹੀਂ ਆ ਵੇਖੋ ਨਾ ਤੁਸੀਂ ਕੱਢਣ ਵਾਲੇ 12 ਲੀਟਰ ਦੁੱਧ ਤਿਆਰ ਹੈ ਸੰਦੀਪ ਜੀ ਮੇਂ 12 ਕਿਲੋ ਪੂਰਾ 12 ਕਿਲੋ ਕੰਡੇ ਵਾਲਾ ਥਾਣੇ ਵੇਖੋ ਕਿੱਡਾ ਵਧੀਆ ਰੱਖਿਆ ਆ ਦੇਖੋ ਬੜਾ ਟੌਪ ਦਾ ਥਣ ਲੱਗਾ ਜੀ ਕੁਆਲਿਟੀ ਨਾਲ ਮੱਝ ਦੀ ਦੇਖੋ ਬਾ ਠੀਕ ਹੈ ਭਾਜੀ ਤੇ ਭਾਜੀ ਫਿਰ ਇਹਦੀ ਬੜੀ ਕੀਮਤ ਆ ਇਹਦੀ ਵੀ 80 ਹਜ਼ਾਰ ਦੀ ਨਹੀਂ ਪਸ਼ੂ ਬਹੁਤ ਬੜਾ ਮਾਨ ਦਰ ਕਰ ਦਰਗੇ ਆਏ ਦਾ ਬੜਾ ਤੱਕਣਾ ਹਾਂ ਜੀ ਕਰਾ ਕੇ ਜੱਟ ਦੇ ਵਾਲੋ ਕੋ ਜਾ ਜੀ ਕਰਾ ਕੇ ਛੱਡ ਦੇ ਜੀ ਆਵੀ ਮਸੀ ਮਿਲਵਾ ਦੇ ਬਾਜ਼ਾਰ ਦੇ ਵਿੱਚ ਆਵੀ ਮਸੀ ਦਾ ਕੋਈ ਮੁੱਲ ਨਹੀਂ 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 ਮੁੱਲ ਹੈ ਜੀ ਨਹੀਂ ਨਹੀਂ ਆਵਾ ਖਣੇ ਦੱਸ ਦੋ ਨਹੀਂ ਨਹੀਂ ਵੀ ਬਾਜ਼ਾਰ ਦੇ ਵਿੱਚ ਬਸੀ ਇਹ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਨਹੀਂ ਕੁਆਲੀ ਦੇ ਵਿੱਚ ਕੁਆਲੀ 75,000 ਦੀ ਗੱਲ ਕੋਈ ਨਹੀਂ ਚਲੋ ਠੀਕ ਠਾਕ ਵਧੀਆ ਬੋਲੋ ਫਿਰ ਨੰਬਰ ਨੰਬਰ ਹੈਗਾ 9846241 9897203 ਬਾਕੀ ਵੀਰ ਜੀ ਸੰਦੀਪ ਵੀਰ ਪਤਾ ਗੱਲ ਕੀ ਹੈ ਜਿੰਨਾ ਆਪਾਂ ਦੁੱਧ ਦੱਸਿਆ ਦੁੱਧ ਪੂਰਾ ਹੋਊਗਾ ਆਣ ਕੇ ਆਪਣੀ ਜਿਹੜਾ ਜਿਹਨੇ ਪਸ਼ੂ ਲੈਣਾ ਨਾ ਸਾਈ ਪਾਓ ਕਈ ਵੀਰ ਕਹਿੰਦੇ ਅਸੀਂ ਆਉਣ ਡੇ ਆ ਕੋਈ 100-150 ਕਿਲੋਮੀਟਰ ਆਉਂਦਾ ਨਾ ਪਸ਼ੂ ਲੈ ਕੇ ਨਹੀਂ ਨਹੀਂ ਉਹ ਗਲਤ ਹੋ ਜਾਂਦਾ ਕੰਮ ਵੀਡੀਓ ਜਿਆਦਾ ਚੱਲਦੀ ਜੋ ਤੁਸੀਂ ਨਾ ਐ ਕਰੋ ਮਤਲਬ ਕਿ ਪਹਿਲੇ 5-7 ਹਜ਼ਾਰ ਰੁਪਏ ਸਾਈ ਫੜ ਦਿਆ ਕਰੋ 7-7 ਹਜ਼ਾਰ ਦੀ 2-2 ਹਜ਼ਾਰ ਹੀ ਬੜਾ ਅੱਛਾ 2 ਹਜ਼ਾਰ ਬਹੁਤ ਆ ਇਹ ਵੀ ਗਿਆ ਪੱਕੀ ਹੋ ਜਾਏਗੀ ਨਾ ਕਿਹਾ ਪੱਕੀ ਰਿਪਾ ਗਿਆ ਕਿ ਤਸੱਲੀ ਜੇ ਤੁਹਾਡੇ ਸੇਲ ਦਊਗਾ ਜੋ ਆਈ ਦੱਸਿਆ ਜੇ ਨਾ ਨਿਕਲੋ ਆਪਣੀ ਸਾਈ ਵਾਲੇ ਜਾਨ ਸਾਈ ਠੀਕ ਹੈ ਜੀ ਤੇ ਨੰਬਰ ਬੋਲਦਾ ਜੀ ਨੰਬਰ ਬੋਲ ਚਲੋ ਵੀਡੀਓ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਮੈਂਟ ਸੁਣੇ ਕਰੇ ਮੇਰਾ ਵੀਰ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਠੀਕ ਹੈ ਜੀ ਤੇ ਅੱਜ ਵੀਡੀਓ ਆਇਆ ਜੀ 22 ਤਰੀਕ ਨੂੰ ਸਤਿ ਸ਼੍ਰੀ ਅਕਾਲ।